ਹਾਂਜੀ ਦੋਸਤੋ ਇੱਕ ਬਹੁਤ ਵੱਡੀ ਕਨਫਿਊਜ਼ਨ ਆ ਰਹੀ ਆ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਟਰਮ 1 ਦੇ ਪੇਪਰ ਦੇਣੇ ਆ ਤੇ ਵਿਦਿਆਰਥੀ ਪੁੱਛ ਰਹੇ ਨੇ ਕਿ ਸਰ ਸਾਨੂੰ ਕਿੱਥੋਂ ਖਬਰ ਮਿਲ ਰਹੀ ਆ ਜਿਵੇਂ ਕਿ ਆ ਜਗਬਾਣੀ ਵਾਲਿਆਂ ਨੇ ਵੀ ਪਾਈ ਹੋਈ ਆ ਕਿ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਪੀਐਸਬੀ ਨੇ ਡੇਟਸ਼ੀਟ 'ਚ ਕੀਤੀ ਤਬਦੀਲੀ ਤਾਂ ਹੁਣ ਜਿਹੜੇ ਟਰਮ 1 ਵਾਲੇ ਵਿਦਿਆਰਥੀ ਨੇ ਜਿਨ੍ਹਾਂ ਨੇ ਟਰਮ 1 ਦੇ ਪੇਪਰ ਦੇਣੇ ਆ ਉਹ ਪੁੱਛ ਰਹੇ ਨੇ ਕਿ ਸਰ ਹਾ ਕਿਹੜੀ ਡੇਟਸ਼ੀਟ ਦੀ ਗੱਲ ਹੋ ਰਹੀ ਆ ਸਾਡੀ ਡੇਟ ਸ਼ੀਟ ਦੀ ਗੱਲ ਹੋ ਰਹੀ ਹੈ ਜਿਹੜੇ ਸਾਡੇ ਟਰਮ 1 ਦੇ ਪੇਪਰ ਹੋਣੇ ਆ ਠੀਕ ਹੈ ਜੀ ਕਿਉਂਕਿ ਹਜੇ ਤੱਕ ਤਾਂ ਟਰਮ 1 ਦੀ ਡੇਟ ਸ਼ੀਟ ਆਈ ਵੀ ਨਹੀਂ ਤੇ ਇਹ ਤਬਦੀਲੀ ਦੀ ਗੱਲ ਕਰ ਰਹੇ ਨੇ ਠੀਕ ਹੈ ਜੀ ਤਾਂ ਦੋਸਤੋ ਉਹਨਾਂ ਵਿਦਿਆਰਥੀਆਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਕਿ ਇਹ ਜਿਹੜੀ ਤੁਹਾਡੀ ਟਰਮ 1 ਦੀ ਡੇਟ ਸ਼ੀਟ ਦੇ ਬਾਰੇ ਗੱਲ ਨਹੀਂ ਹੋ ਰਹੀ ਆ ਠੀਕ ਹੈ ਜੀ ਇਹ ਹੋ ਰਹੀ ਆ ਦੋਸਤੋ ਗੱਲ ਜਿਨ੍ਹਾਂ ਨੇ ਕੰਪਾਰਟਮੈਂਟ ਦਾ ਪੇਪਰ ਦੇਣਾ ਵਾ ਇੰਪਰੂਵਮੈਂਟ ਦਾ ਪੇਪਰ ਦੇਣਾ ਐਡੀਸ਼ਨਲ ਦਾ ਪੇਪਰ ਦੇਣਾ 골ਡਨ ਚਾਂਸ ਜਨਵਰੀ ਵਾਲੇ ਜਿਹੜੇ ਹੈਗੇ ਸੀਗੇ ਉਹਨਾਂ ਨੇ ਪੇਪਰ ਦੇਣਾ ਠੀਕ ਹੈ ਜੀ ਤੇ ਠੀਕ ਹੈ ਜੀ ਇਹ ਉਹਨਾਂ ਦੀ ਡੇਟ ਸ਼ੀਟ ਦੀ ਗੱਲ ਹੋ ਰਹੀ ਹੈ ਕਿਉਂਕਿ ਡੇਟ ਸ਼ੀਟ ਉਹਨਾਂ ਦੀ ਆ ਚੁੱਕੀ ਹੈ ਪਹਿਲਾ ਹੀ ਹਫਤਾ ਹੋ ਚੁੱਕਿਆ ਵਾ ਤੇ ਉਹਨਾਂ ਦੇ ਪੇਪਰ 10 ਨਵੰਬਰ ਤੋਂ ਚੇਂਜ ਸ਼ੁਰੂ ਹੋ ਰਹੇ ਨੇ ਠੀਕ ਹੈ ਜੀ ਤਾਂ ਖਬਰ ਕੀ ਹੈ ਦੋਸਤੋ ਪਹਿਲਾਂ ਪੜ ਲੈਣਾ ਫਿਰ ਤੁਹਾਨੂੰ ਤੁਹਾਡਾ ਸਾਰਾ ਡਾਊਟ ਕਲੀਅਰ ਹੋ ਜਾਊਗਾ ਬਾਕੀ ਡਿਸਕਸ ਕਰਾਂਗੇ ਤੁਹਾਡੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੋਸਤੋ 10ਵੀਂ ਤੇ 12ਵੀਂ ਜਮਾਤ ਦੀ ਨਵੰਬਰ 2021 ਵਿੱਚ ਹੋਣ ਵਾਲੀ ਪ੍ਰੀਖਿਆ ਦੀ ਡੇਟ ਸ਼ੀਟ ਵਿੱਚ ਥੋੜੀ ਤਬਦੀਲੀ ਕੀਤੀ ਹੈ ਠੀਕ ਹੈ ਜੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦੋਸਤੋ ਜਿਹੜੇ ਪ੍ਰੀਖਿਆ ਕੰਟਰ ਨੈਸ਼ ਦੀ ਭਾਰਤ ਪੱਧਰ ਤੇ ਹੋ ਰਹੀ ਪ੍ਰੀਖਿਆ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਥੋੜੀ ਜੀ ਤਬਦੀਲੀ ਕੀਤੀ ਹੈ ਡੈਟ ਸੀਟ ਦੇ ਵਿੱਚ ਤੇ ਉਹ ਤਬਦੀਲੀ ਕੀ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਨੇ ਦੱਸਿਆ ਕਿ ਜਿਹੜਾ 10ਵੀਂ ਜਮਾਤ ਦਾ ਜਿਹੜਾ 12 ਨਵੰਬਰ ਨੂੰ ਜਿਹੜੇ ਦੋਸਤੋ ਪ੍ਰੀਖਿਆ ਹੋਣਾ ਵਾ ਸਾਇੰਸ ਦਾ ਠੀਕ ਹੈ ਜੀ ਉਹ ਹੁਣ ਪ੍ਰੀਖਿਆ ਦੋਸਤੋ 23 ਨਵੰਬਰ ਨੂੰ ਹੋਵੇਗੀ ਠੀਕ ਹੈ ਜੀ ਇਹ ਹੋ ਗਈ ਗੱਲ ਇੱਕ ਤੇ ਪਲੱਸ ਦੋਸਤੋ ਉਹਨਾਂ ਨੇ ਕਿਹਾ ਕਿ 12ਵੀਂ ਜਮਾਤ ਦਾ 12 ਨਵੰਬਰ ਨੂੰ ਦੋਸਤੋ ਜਿਹੜੀ ਹਿਸਟਰੀ ਦੀ ਤੇ ਕੈਮਿਸਟਰੀ ਦੀ ਤੇ ਬਿਜ਼ਨਸ ਇਕਨੋਮਿਕਸ ਤੇ ਕੁਆਂਟੀਟੇਟਿਵ ਨੇ ਦੱਸਿਆ ਕਿ ਬਾਕੀ ਪ੍ਰੀਖਿਆਵਾਂ ਪਹਿਲਾਂ ਤੋਂ ਜਾਰੀ ਡੇਟਸ਼ੀਟ ਅਨੁਸਾਰ ਹੀ ਲਈਆਂ ਜਾਣਗੀਆਂ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਲਈ ਦੋਸਤੋ ਬੋਰਡ ਦੀ ਵੈਬਸਾਈਟ ਤੇ ਉਪਲਬਧ ਕਰਵਾ ਦਿੱਤੀ ਗਈ ਹੈ ਠੀਕ ਹੈ ਜੀ ਸਿਰਫ ਇਹੀ ਦੋ ਡੇਟਸ਼ੀਟ ਚੇਂਜ ਹੋਈਆਂ ਦੋ ਡੇਟਸ ਚੇਂਜ ਹੋਈਆਂ ਨੇ ਬਾਕੀ ਜਿਹੜੀ ਡੇਟਸ਼ੀਟ ਆਈ ਹੋਈ ਹੈ ਉਹ ਉਸ ਅਕ ਉਸ ਅਕੋਰਡਿੰਗ ਹੋਊਗੀ ਜਿਹੜੀ ਪ੍ਰੀਖਿਆ ਦੋਸਤੋ 400 400 400 ਜੀ ਹਾਂਜੀ ਹੁਣ ਯਾਦ ਕਰ ਲਓ ਇਹ WhatsApp ਨੰਬਰ ਫਿਰ ਚਾਹੇ ਤੁਹਾਡੇ ਸਵਾਲ ਹੋਵੇ ਮੈਥ ਦਾ ਫਿਜ਼ਿਕਸ ਦਾ ਕੈਮਿਸਟਰੀ ਦਾ ਬਾਇਓਲੋਜੀ ਦਾ ਹੁਣ ਤੁਹਾਡੇ ਸਾਰੇ ਡਾਊਟ ਕੁਐਸਚਨ ਦਾ ਸੋਲੂਸ਼ਨ ਮਿਲੇਗਾ ਸਿੱਧਾ WhatsApp ਤੇ ਬਸ ਤੁਸੀਂ ਆਪਣੇ ਫੋਨ ਦੇ ਵਿੱਚ doubt not ਦਾ 8400400 WhatsApp ਨੰਬਰ ਸੇਵ ਕਰਨਾ ਹੈ ਤੇ ਚੈਟ ਓਪਨ ਕਰਨੀ ਹੈ ਤੇ ਜਿਹੜਾ ਵੀ ਤੁਹਾਡਾ ਡਾਊਟ ਹੈ ਉਸ ਦਾ ਫੋਟੋ ਕਲਿੱਕ ਕਰਨਾ ਹੈ ਤੇ ਉਸ ਨੂੰ ਕ੍ਰੋਪ ਕਰਨਾ ਹੈ ਤੇ ਤੁਰੰਤ ਤੁਹਾਡਾ 5 ਸੈਕਿੰਡ ਦੇ ਅੰਦਰ ਵੀਡੀਓ ਸੋਲੂਸ਼ਨ ਆ ਜਾਏ ক্লাস 6ਵੀਂ ਤੋਂ 12ਵੀਂ IIT JEE NEET CBSE ਬੋਰਡ ਜਾਂ ਫਿਰ ਕਿਸੇ ਵੀ ਸਟਾਫ ਫਿਰ ਦੇਰੀ ਕਿਸ ਗੱਲ ਦੇ ਵਿੱਚ ਹਜੇ ਜਾਓ 8400400 ਤੇ ਤੇ ਆਪਣਾ ਸਵਾਲ WhatsApp ਕਰੋ ਤੇ ਸਾਰੇ ਡਾਊਟਸ ਨੂੰ ਆਊਟ ਕਰੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ 12 ਨਵੰਬਰ ਸੀਗੀ 12 ਨਵੰਬਰ ਨੂੰ ਹੋਣੀ ਸੀਗੀ ਉਹ ਪ੍ਰੀਖਿਆ ਤੁਹਾਡਾ 23 ਨਵੰਬਰ ਨੂੰ ਹੋਵੇਗਾ ਠੀਕ ਹੈ ਜੀ ਭਾਵੇਂ ਦੋਸਤੋ ਤੁਹਾਡੀ 10ਵੀਂ ਆ ਭਾਵੇਂ 12ਵੀਂ ਆ ਠੀਕ ਹੈ ਜੀ ਜਿਨ੍ਹਾਂ ਨੇ ਕੰਪਾਇਰਮੈਂਟ ਰਿਪੇਅਰ ਇੰਪਰੂਵਮੈਂਟ ਐਡੀਸ਼ਨਲ ਠੀਕ ਹੈ ਜੀ 골ਡਨ ਚਾਂਸ ਜਨਵਰੀ ਵਾਲੇ ਜਿਹੜੇ ਹੈਗੇ ਆ ਜਾਂ ਫਿਰ ਦੋਸਤੋ ਐਡੀਸ਼ਨਲ ਵਾਲੇ ਠੀਕ ਹੈ ਜੀ ਜਿਹੜਾ ਪੇਪਰ ਤੁਹਾਡਾ 12 ਨਵੰਬਰ ਨੂੰ ਸੀ ਉਹ ਹੁਣ 23 ਨੂੰ ਹੋਵੇਗਾ ਠੀਕ ਹੈ ਜੀ ਆਹੀ ਚੇਂਜ ਕੀਤੀ ਆ ਬਾਕੀ ਜਿਹੜੀ ਡੇਟ ਸ਼ੀਟ ਆਈ ਹੋਈ ਆ ਜਿਹੜੀ ਡੇਟਸ ਹੋਰ ਹੈਗੀਆਂ ਨੇ ਹੋਰ ਸਬਜੈਕਟਾਂ ਦੀਆਂ ਉਹ ਸੇਮ ਉਵੇਂ ਹੀ ਰਹਿਣਗੀਆਂ ਠੀਕ ਹੈ ਜੀ ਇਹ ਵੀ ਗੱਲ ਉਹਨਾਂ ਨੇ ਕਹੀ ਹੋਈ ਆ ਠੀਕ ਹੈ ਜੀ ਕਿਤੇ ਸਾਡੇ ਪੇਪਰਾਂ ਦੇ ਬਾਰੇ ਗੱਲ ਤਾਂ ਨਹੀਂ ਹੋ ਰਹੀ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਟਰਮ ਵੰਦੇ ਦੇਣੇ ਆ ਕਿਉਂਕਿ ਦੋਸਤੋ ਹਜੇ ਤੱਕ ਤਾਂ ਡੇਟ ਸ਼ੀਟ ਵੀ ਨਹੀਂ ਆਈ ਠੀਕ ਹੈ ਜੀ ਤਾਂ ਦੋਸਤੋ ਹੁਣ ਦੇਖੋ ਜਿਹੜੇ ਤੁਹਾਡੇ ਪੇਪਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਟਰਮਵੰਦ ਦੇ ਪੇਪਰ ਉਹ ਦੋਸਤੋ ਦਸੰਬਰ ਦੇ ਵਿੱਚ ਹੋਣਗੇ ਤਾਂ ਦੋਸਤੋ ਹੁਣ ਅਗਲੇ ਹਫਤੇ ਮੰਨ ਕੇ ਚੱਲੋ ਤੁਹਾਡੀ ਡੇਟ ਸ਼ੀਟ ਆਣ ਦੇ ਚਾਂਸ ਹੈਗੇ ਆ ਕਿਉਂਕਿ ਦੋਸਤੋ ਦਸੰਬਰ ਦੇ ਵਿੱਚ ਸ਼ੁਰੂ ਹੋਣਗੇ ਤਾਂ ਨਵੰਬਰ ਦੇ ਮਿਡ ਦੇ ਵਿੱਚ ਡੇਟ ਸ਼ੀਟ ਆ ਸਕਦੀ ਹੈ ਠੀਕ ਹੈ ਜੀ ਕਾਫੀ ਜ਼ਿਆਦਾ ਚਾਂਸ ਸੀ ਕਿ ਅਗਰ ਨਵੰਬਰ ਦੇ ਵਿੱਚ ਅਗਰ ਪੇਪਰ ਹੋਣੇ ਹੁੰਦੇ ਨੇ ਦੋਸਤੋ ਅਜੇ ਤੱਕ ਤੁਹਾਡੀ ਡੇਟ ਸ਼ੀਟ ਆ ਜਾਂਦੀ ਠੀਕ ਹੈ ਜੀ ਕਿਉਂਕਿ ਪ੍ਰੋਪਰ ਤੁਹਾਨੂੰ ਟਾਈਮ ਵੀ ਮਿਲੂਗਾ ਠੀਕ ਹੈ ਜੀ ਪੜਨ ਨੂੰ ਐਵੇਂ ਨਹੀਂ ਕਿ ਤੁਹਾਨੂੰ ਅੱਜ ਦੱਸ ਦਿੱਤਾ ਜਾਊਗਾ ਕਿ ਕੱਲ ਤੁਹਾਡੇ ਪੇਪਰ ਨੇ ਆਏ ਇਸ ਤਰ੍ਹਾਂ ਨਹੀਂ ਹੁੰਦਾਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਪ੍ਰੋਪਰ ਡੇਟਸ਼ੀਟ ਤੁਹਾਨੂੰ ਅਕੋਰਡਿੰਗ ਮਿਲ ਜੂਗੀ ਓਕੇ ਦੋਸਤੋ ਬਾਕੀ ਕੋਈ ਫਰਦਰ ਇਨਫੋਰਮੇਸ਼ਨ ਹੋਤਾ ਤੁਹਾਨੂੰ ਜਰੂਰ ਦੱਸਾਂਗੇ ਓਕੇ ਦੋਸਤੋ